ਮਾਸਟਰ ਜੀ ਕਿੱਦਾਂ ਹਾਲ ਚਾਲ ਲੱਗੇ ਹੋ ਕੰਮ ਕਰਨਾ ਤੇ ਨਹੀਂ ਪਵਾਈ ਜਾਂਦੇ ਫਿਰ ਅੱਜ ਹੈ ਅਰੇ ਵਧੀਆ ਨਜ਼ਾਰੇ ਲੈਂਦਾ ਮੀਂਹ ਤੇ ਪਾਣੀ ਕਿੰਨਾ ਚੜ੍ਹ ਜਾਂਦਾ ਇੱਥੇ ਹੈ ਪਾਣੀ ਦਾ ਕਿੰਨਾ ਕੁ ਆ ਜਾਂਦਾ ਇੱਥੇ ਉਹ ਤਾਂ ਹੈ ਮਾਤਾ ਜੀ ਬੈਠੇ ਆ ਡਾਕਟਰ ਕਿੱਦਾਂ ਹਾਲ ਕਿੱਦਾਂ ਲੈ ਰਹੇ ਮੀਂਹ ਦੇ ਨਜ਼ਾਰੇ ਅੱਜ ਚੱਲ ਵਧੀਆ ਨਹੀਂ ਤਾਂ ਰਾਤ ਦਾ ਲੱਗਾ ਹੈ ਕਣਮਣ ਜੀ ਗੱਲ ਨਾ ਤੇਰਾ ਮੀਟਰ ਦਾ ਕੀ ਚੱਕਰ ਸੀਗਾ ਜ਼ਿਆਦਾ ਪਾਣੀ ਆ ਜਾਂਦਾ ਇੱਥੇ ਮੀਟਰ ਪਾਣੀ ਜਦੋਂ ਜ਼ਿਆਦਾ ਨਹੀਂ ਆ ਜਾਂਦਾ ਫਿਰ ਖੜੀ ਦੇ ਉੱਪਰ ਚੜ ਜਾਂਦਾ ਪਾਣੀ ਉੱਪਰ ਅੱਛਾ ਬਾਸਿਆਂ ਦੇ ਵਿੱਚ ਵੜ ਕੇ ਇਕੱਲਾ ਥੱਲੇ ਵਾਲੇ ਮੀਟਰ ਜਿਹੜੇ ਡੁੱਬ ਜਾਂਦੇ ਕਰੰਟ ਕੁੰਟ ਤਾਂ ਨਹੀਂ ਮੋਟਾ ਵਾਲੇ ਵਾਲੇ ਚਲੋ ਵਧੀਆ ਜੀ ਮੀਂਹ ਤਾਂ ਵਧੀਆ ਪਈ ਜਾਂਦਾ ਇੱਥੇ ਚਲੋ ਠੀਕ ਹੈ ਡਾਕਟਰ ਸਾਹਿਬ ਜੀ ਸੈਰ ਕਰ ਲਈਏ ਪਿੰਡ ਤੋਂ ਤੱਕੇ ਹੌਲੀ ਹੌਲੀ ਸੋ ਅੱਜ ਵੀਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਅਤੇ ਅੱਜ ਕਿਣਮਣ ਜਿਹੜੀ ਆ ਉਹ ਹੋ ਰਹੀ ਹੈ ਕਿਉਂਕਿ ਬਰਸਾਤ ਜਾਂ ਮੀਂਹ ਦਾ ਜਦੋਂ ਵੀ ਮੌਸਮ ਆਉਂਦਾ ਆ ਅਤੇ ਇਹ ਜਿਹੜੇ ਮੌਸਮ ਹੈ ਇਹਦੇ ਵਿੱਚ ਫਸਲਾਂ ਨੂੰ ਵੀ ਪਾਣੀ ਦੀ ਲੋੜ ਹੁੰਦੀ ਆ ਅਤੇ ਹਰ ਕੋਈ ਚਾਹੁੰਦਾ ਅਤੇ ਮੀਂਹ ਪਵੇ ਕਿਉਂਕਿ ਮੌਸਮ ਜਿਹੜਾ ਆ ਬੜਾ ਗਰਮੀ ਦਾ ਅਤੇ ਮੀਂਹ ਜਿਹੜੇ ਪੈ ਗਿਆ ਅਤੇ ਹਟਦਾ ਆ ਅਤੇ ਉਦੋਂ ਜਦੋਂ ਖਮਿਸ਼ ਹੋ ਜਾਂਦੀ ਹੈ ਅਤੇ ਮੌਸਮ ਹੋ ਜਾਂਦਾ ਅਤੇ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਇਹਦੇ ਨਾਲ ਕੀ ਆ ਅਤੇ ਮੀਂਹ ਦੀ ਜੇ ਲੋੜ ਦੀ ਡਿਮਾਂਡ ਵੀ ਵੱਧ ਜਾਂਦੀ ਮਾਟਰ ਵੀ ਕਰੀ ਜਾਂਦਾ ਹੋ ਰਹੀ ਆ ਅੰਕਲ ਕਿੱਦਾਂ ਹਾਲ ਹੋਰ ਜੀ ਠੀਕ ਠਾਕ ਆ ਨਾ ਨਾ ਉਦੇ ਰਿਕਾਰਡਿੰਗ ਕਰਦਾ ਮੈਂ ਕਿਹਾ ਮੀਂਹ ਦਾ ਮਾੜਾ ਕਾਲੀ ਆ ਕਿੱਦਾਂ ਲਈ ਜਾਂਦਾ ਨਜ਼ਾਰੇ ਮੀਂਹ ਦੇ ਹੋਰ ਕੰਮ ਕਾਰ ਠੀਕ ਆ ਚਲੋ ਵਧੀਆ ਵਧੀਆ ਓਕੇ ਜੀ ਆ ਤਾਂ ਮੀਂਹ ਦਾ ਆਨੰਦ ਮੈਂ ਤਾਂ ਲੈ ਰਿਹਾ ਸੀ ਰਜਿੰਦਰ ਸਿੰਘ ਕਿੱਦਾਂ ਹਾਲ ਚਾਲ ਚਲੋ ਵਧੀਆ ਜੀ ਵਧੀਆ ਤੁਹਾਡੀ ਵੀਡੀਓ ਕਰਦੇ ਪਏ ਦਿਨ ਵਧੀਆ ਆ ਸਿਸਟਮ ਸਹੀ ਗਾਜ ਬਣਦੇ ਆ ਚਲੋ ਠੀਕ ਆ ਜੀ ਮਿਹਰਬਾਨੀ ਆ ਜੀ ਰਜਿੰਦਰ ਸਿੰਘ ਲਾਵਾ ਜੀ ਕਿੱਦਾਂ ਹਾਲ ਚਾਲ ਆ ਠੀਕ ਹੈ ਜੀ ਕਿੱਦਾਂ ਮੀਂਹ ਪਈ ਜਾਂਦੇ ਆ ਮੀਂਹ ਪੈ ਜਾਂਦਾ ਜੀ ਕਿੱਦਾਂ ਵਧੀਆ ਮੀਂਹ ਪੈ ਗਿਆ ਇਤਕੀ ਮੀਂਹ ਚੰਗਾ ਪੈ ਗਿਆ ਸਾਰੀ ਰਾਤ ਦਾ ਹੀ ਪੈਂਦਾ ਮੀਂਹ ਤਾਂ ਵਧੀਆ ਮੌਸਮ ਹੁੰਦਾ ਹੋਰ ਕੰਮ ਕਾਰ ਵਧੀਆ ਚੱਲੀ ਜਾਂਦੇ ਆ ਕੰਮ ਕਾਰ ਵਧੀਆ ਚੱਲੀ ਜਾਂਦੇ ਮੈਂ ਕਿਹਾ ਕੰਮ ਕਾਰ ਵਧੀਆ ਚੱਲੀ ਜਾਂਦਾ ਵਧੀਆ ਹੀ ਚਾਹੀਦਾ ਹੋਰ ਕਿੱਦਾਂ ਠੀਕ ਆ ਮੀਂਹ ਤਾਂ ਰਾਤ ਦੇ ਲੱਗਾ ਪਿਆ ਨਾ ਹੁਣ ਤਾਂ ਲੱਗਾ ਕਿਣਮਣ ਜੀ ਹੋਣ ਲੱਗੀ ਸਤਿ ਸ਼੍ਰੀ ਅਕਾਲ ਮਾਤਾ ਜੀ
ਹਲਕਾ ਫਲੋਰ ਦਾ ਵਿਕਾਸ ਡੁੱਲਦਾ ਫਿਰਦਾ ਏ। ਅੱਜ ਰੁੜਕਾ ਕਲਾਂ ਤੋਂ ਤੁਰ ਪਏ ਅਸੀਂ ਘਰਿਆਂ ਨੂੰ, ਰਸਤਾ ਤਾਂ ਸਾਡਾ ਛੋੜਾ ਹੀ ਆ ਪਰ ਮੀਂਹ ਪਿਆ ਥੋੜਾ ਹੀ ਆ ਪਰ ਪਾਣੀ ਜ਼ਿਆਦਾ ਖੜਾ ਆ। ਆਹ ਢੰਡਿਆਲਾ ਗੇਟ, ਉਹ ਤਾਂ ਪਾਣੀ ਦੇ ਨਜ਼ਾਰੇ, ਸੜਕ ਤੇ ਮੱਛੀ ਚੜੀ ਮੱਛੀ ਕੱਢੋ, ਮੱਛੀਆਂ ਦਾ ਖੂਹ ਛੱਡਦੀ ਇੱਥੇ। ਮੀਂਹ ਤਾਂ ਵਧੀਆ ਪੈ ਗਿਆ ਰਾਤ ਦਾ, ਮੀਂਹ ਐਤਕ ਤਾਂ ਪਏ ਨੀ ਇੰਨੇ ਜਿੰਨੇ ਚਾਹੀਦੇ ਸੀਗੇ, ਆਹ ਲੋਕ ਵੀ ਜਿਹੜੇ ਹੁਣ ਲਾਸਟ ਵਾਲੇ ਪਏ ਆ ਇਹਦੇ ਚ ਲੱਗਦਾ ਵੀ ਹੁਣ ਬਰਸਾਤ ਜੀ ਹੋਈ ਹੈ ਮਾੜੀ ਮੋਟੀ। ਕਲਾਂ ਤੋਂ ਗੁਰਾਇਆ ਰੋਡ, ਹੁਣ ਅਸੀਂ ਪਹੁੰਚ ਗਏ ਹਾਂ ਬੋਪਾ ਰਾਏ, ਬੋਪਾ ਰਾਏ ਜਿਹੜਾ ਗੁਰਾਇਆ ਦੇ ਕੋਲ ਬੋਪਾ ਰਾਏ, ਬੋਪਾ ਰਾਮ ਵੀ ਦੋਵਾਂ ਇੱਕ ਹੈਗੀਆਂ, ਨਪੋਤਰ ਕੋਲ ਬੋਪਾ ਰਾਏ ਕਲਾਂ ਆ, ਇਹਨੂੰ ਕੱਲਾ ਬੋਪਾ ਰਾਏ ਕਲਾਂ, ਬੋਪਾ ਰਾਏ ਖੁਰਦੇ ਆ ਇਹ। ਓਕੇ ਚਲੋ ਬੋਪਾ ਰਾਏ, ਬਾਰਾਏ ਤੋਂ ਪਹੁੰਚ ਗਏ ਗੁਰਾਇਆ, ਪਿੱਛੇ ਮਿਕਸ ਹੋ ਗਿਆ ਹੁਣ ਤਾਂ ਲਗਭਗ, ਬਾਰਾਏ ਗੁਰਾਇਆ ਜਾਣਾ ਕੋਈ ਗੱਲ ਨਹੀਂ, ਇੱਧਰ ਨਹੀਂ ਮੁੜਨਾ ਆਪਾਂ ਸ਼ਹਿਰ ਵਿੱਚ, ਤੈਨੂੰ ਗੇੜੀ ਕਢਾ ਦਈਏ ਸ਼ਹਿਰ ਗੁਰਾਇਆ, ਠੀਕ ਹੋਊਗਾ ਸ਼ਹਿਰ ਨਹੀਂ ਦਿਖਾਇਆ, ਮੈਂ ਬਥੇਰਾ ਦੇਖਿਆ, ਮੈਂ ਬਥੇਰਾ ਦੇਖਿਆ, ਇੱਥੇ ਕਿਹੜਾ ਕਾਲਜ ਹੈ ਜਿੱਥੇ ਪੜ੍ਹਦੇ, ਪੜ੍ਹਨ ਵਾਲੇ ਤਾਂ ਤੁਸੀਂ, ਅਸੀਂ ਤਾਂ ਪੜ੍ਹੇ ਹੀ ਨਹੀਂ ਭਰਾ, ਅਸੀਂ ਕਿਹੜਾ ਪੜ੍ਹੇ, ਅਸੀਂ ਤਾਂ ਪੜ੍ਹੇ ਹੀ ਨਹੀਂ। ਗੁਰਾਇਆ ਰੂਪਲ ਮਾਰਕੀਟ, ਆਹ ਜਵਾਲਾ ਪੈਲਸ ਦਾ ਕੀ ਨਾਮ ਤਾਂ ਜਵਾਲਾ ਪੈਲਸ ਹੁੰਦਾ ਹੈ ਨਾ, ਪੈਲਸ ਤੇ ਪਰ ਚੱਲ ਜਾ ਨਹੀਂ ਸ਼ਹਿਰ ਦੇ ਵਿੱਚ, ਕਰਕੇ ਤਾਂ ਚੱਲਦਾ ਹੀ ਆ ਪੈਲਸ ਨਾ ਚੱਲੇ ਨਾ ਸਹੀ, ਟੇਕਾ ਜਾਂਦੀ ਆ ਟੇਕਾ, ਤਾਂ ਤੁਹਾਨੂੰ ਲੱਗੀ ਨਹੀਂ ਸੀ ਐਡ ਜੇ ਕਹਿੰਦੇ ਵੀ ਕੋਈ ਮਹੂਰਤ ਕਢਾਉਂਦਾ ਕੋਈ ਕੁਛ ਕਹਾਉਂਦਾ ਹੈ ਨਾ, ਅਤੇ ਕੰਮ ਕਾਰ ਸ਼ੁਰੂ ਕਰਨ ਵਾਸਤੇ ਵੀ ਇਹ ਜਿਹੜਾ ਠੇਕਾ ਹੈ ਜਿੱਥੇ ਮਰਜ਼ੀ ਖੋਲ੍ਹ ਲਓ ਹੀ ਚੱਲ ਜਾਂਦਾ।
ਫਾਟਕ ਵਾ ਬੰਦ ਲੱਗਦਾ ਹੈ, ਖੰਭੇ ਦੇ ਚਲੇ ਬੰਦੇ, ਅੱਛਾ ਰਿਪੇਅਰ ਹੋ ਰਹੀ ਆ, ਰਿਪੇਅਰਾਂ ਹੋ ਰਹੀਆਂ, ਤਾਰ ਟੁੱਟੀ ਸੀ, ਤਾਰ ਚੱਕ ਕੇ ਹਟੇ ਆ। ਓਕੇ, ਸੋ ਇਹ ਹੈ ਸ਼ਹਿਰ ਗੁਰਾਇਆਂ, ਗੁਰਾਇਆਂ ਵਾਲੇ ਸਾਥੀ। ਇੱਥੇ ਦਾਣੀ ਦੁਕਾਨ ਕਿੱਥੇ ਹੁੰਦੀ ਸੀ? ਆਉਂਦੇ ਆ ਮੂਹਰੇ ਦਾਣੀ ਆ, ਕਿੱਥੇ? ਗਾਰਮੈਂਟ ਬਾਕੀ ਸਾਰਾ ਕੁਝ ਦਿਸੀ ਜਾਂਦਾ ਨਾਲ ਭੋਪਾਲ ਇਲੈਕਟ੍ਰੋਨਿਕ ਲਾਈਵ ਨੀ, ਇਹ ਲਾਈਵ ਵਰਗਾ ਹੀ ਸਾਡਾ ਦਾਣੀ ਗਾਰਮੈਂਟ। ਦਾਣੀ ਗਾਰਮੈਂਟ ਨਿਊਜ਼ੀਲੈਂਡ ਪਹੁੰਚ ਗਿਆ, ਕੱਪੜੇ ਇੱਥੋਂ ਚੱਕ ਕੇ ਲੈ ਗਿਆ ਨਾਲੇ, ਸਾਡੇ ਨਾਲ ਸੌਦੇ ਮਾਰ ਜਾਂਦਾ 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 ਵੀ ਮਾਰ ਕੇ ਗਿਆ। ਬੱਚਿਆਂ ਦਾ ਤਰਾਹ ਕੱਢ ਦਿੱਤਾ ਡਰਾਈਵਰ ਨੇ। ਫਾਟਕ ਗਰਾਇਆਂ ਵਾਲਾ ਕਦੇ ਬੰਦ ਮਿਲਦਾ, ਅੱਜ ਖੁੱਲਾ ਮਿਲ ਗਿਆ ਆਪਾਂ ਨੂੰ। ਲੈ ਇਹ ਵੀ ਚੰਗੇ ਭਾਗਾਂ ਦੀ ਨਿਸ਼ਾਨੀ, ਕਹਿੰਦੇ ਫਾਟਕ ਗਰਾਇਆਂ ਵਾਲਾ ਕਿਤੇ ਖੁੱਲਾ ਮਿਲ ਜਾਏਗਾ, ਹਨਾ। ਮੇਨ ਚੌਂਕ, ਚੌਂਕ ਹੁਣ ਕਾਹਦੇ ਰਹਿ ਗਿਆ, ਹੁਣ ਤਾਂ ਫੋੜੇ ਰਹਿ ਗਿਆ, ਕਿਸੇ ਵੇਲੇ ਗੱਡੇ ਰਹਿ ਗਏ, ਖੱਡੇ ਰਹਿ ਗਏ, ਗਾਡੇਖਾਨਾ ਰਹਿ ਗਿਆ। ਇੱਥੇ ਇੱਕ ਸਾਈਡ 'ਤੇ ਇੱਥੇ ਹੁੰਦਾ ਸੀ ਬੂਟ ਦਾ ਦਰੱਖਤ ਹੁੰਦਾ ਸੀ ਬੜਾ ਪੁਰਾਣਾ, ਅਤੇ ਉਹਨੂੰ ਸਾਡੇ ਰੌਣਕ ਮੇਲਾ ਹੁੰਦਾ ਸੀ ਸਾਰਾ। ਰਿਹਾ ਸ਼ਹਿਰ ਲੰਘਿਆ ਆ, ਡਰਾਈਵਰ ਨੇ ਬੜੀ ਹੱਦ ਕੀਤੀ, ਰੇਤ ਬੁੱਟ ਵਧੀਆ ਨਹੀਂ ਆਉਂਦੀ, ਹੱਥ ਕਰਾਉਂਦਾ ਹੋਰ ਜਾ ਰਹੇ ਸੀਗੇ। ਅਤੇ ਅੱਜ ਮੀਂਹ ਦਾ ਮੌਸਮ, ਰਾਤ ਦਾ ਮੀਂਹ ਪੈ ਰਿਹਾ, ਜੇ ਤੇਜ਼ ਹੋ ਜਾਂਦਾ ਤਾਂ ਇਹ ਵੀ ਗਰਮਣ ਜਿਹੜੀ ਸਵੇਰ ਦਿੱਤੀ ਚਲੀ ਜਾਂਦੀ। ਉਹ ਆ ਰਹੇ ਸੀ ਪਿੰਡ ਨੂੰ, ਅਤੇ ਮੀਂਹ ਕਾਫੀ ਰਾਤ ਦਾ ਪਿਆ ਹੈਗਾ, ਅਤੇ ਪਾਣੀ ਕਾਫੀ ਜਿਹੜਾ ਖੜਾ ਆ ਸੜਕਾਂ 'ਤੇ। ਚਲੋ ਜੀ ਵੀਡੀਓ ਬਣਾ ਲੈਂਦੇ ਹਾਂ, ਨਾਲੇ ਦਰਸ਼ਨ ਹੋ ਜਾਣਗੇ ਦੇਸ਼ਾਂ ਵਿਦੇਸ਼ਾਂ ਦੇ ਸਾਡੇ ਬੰਦਿਆਂ ਨੇ ਸਾਰਿਆਂ ਨੂੰ। ਸੋ ਕਾਫੀ ਮੀਂਹ ਹੱਟ ਰਿਹਾ, ਮੈਂ ਗੱਲਬਾਤ ਸੁਣਾਉਣੀ ਆ ਵੀ ਕਵਿਤਾ ਕੁਛ ਨਹੀਂ ਕੋਈ ਹੈ, ਸੁਣਾ ਦੇ ਕੁਛ, ਤੂੰ ਹੀ ਲਿਖਣ ਵਾਲੇ ਗਾਉਣ ਵਾਲੇ ਨਹੀਂ ਹੈਗੇ, ਲਿਖੋ ਗਾਉਣ ਵਾਲੇ ਤੂੰ ਗਵਾਓ, ਗਾਉਣ ਵਾਲਾ ਬੰਦਾ ਵੀ ਨਾਲ ਇੱਕ ਤਾਂ ਬਿਠਾ ਲਿਆ ਕਰਦੇ ਹਾਂ ਨਾਲ ਚੱਪਦੇ ਹਾਂ ਨਾਲ। ਕਾਫੀ ਜੀਡੀ ਰੋਡ 'ਤੇ ਜਿਹੜਾ ਪਾਣੀ ਇੱਥੇ ਵੀ ਕਾਫੀ ਆ, ਜੀਡੀ ਰੋਡ 'ਤੇ ਵੀ ਕਾਫੀ ਪਾਣੀ ਖੜਾ ਹੈਗਾ ਆ। ਆਹ ਆ ਗਿਆ ਸ਼ਿੰਗਾਰ ਪੈਲਸ, ਹੌਲੀ 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 ਪਾਣੀ ਪਾਣੀ ਪਾਣੀ
ਉਹ ਕੀ ਨਾਮ ਪੈਲਸ ਦਾ? ਮਿਲਣ ਪੈਲਸ ਇਹਦਾ ਨਾਮ? ਮਿਲਣ ਮਿਲਣ ਪੈਲਸ। ਕਾਫੀ ਪਾਣੀ ਜਿਹੜਾ ਖੜਾ ਹੈਗਾ ਆ, ਪਤਾ ਡਰਾਈਵਰ ਹੋਈ ਕੇ ਬਣੇ ਲਵਾਉਣਾ ਆ, ਪਾਣੀ ਪਾਣੀ ਹੋਇਆ ਗਾ ਸਾਰੇ ਪਾਸੇ। ਇਹ ਆ ਦੇਸ਼ ਦਾ ਨੰਬਰ 1 ਹਾਈਵੇ, ਨੈਸ਼ਨਲ ਹਾਈਵੇ ਨੰਬਰ 1। ਪਾਣੀ ਬੜਾ ਨਹਿਰ ਦਾ ਰੂਪ ਕੰਮ ਬਣਿਆ ਗਿਆ, ਨਹਿਰ ਕੇ ਜਿੰਨਾ ਪਾਣੀ ਦਾ ਹੈਗਾ ਇਹਦੇ ਵਿੱਚ। ਪਾਲੀ ਖੇਡ ਅੰਦਰਲਾ ਜਿਹੜਾ ਰੂਟ ਹੈਗਾ ਮੇਨ, ਉਹ ਹੈਗਾ ਆ ਹੇਠਾਂ ਪਾਣੀ ਖਾਰ ਦਾ ਸਾਡਾ ਗੁਰਦੁਆਰੇ। ਢੰਗੇ ਕਹਿੰਦੇ ਢੰਗੇ ਜੇ ਸੀ ਰਿਸੋਰਟ।